ਬਾਕੀਆਂ ਦਾ ਕੋਈ ਸੀ ਟੀ ਦੇ ਸਦਰ ਵੀ ਦੇ ਦਿਓ ਇੱਕ ਇਸੇ ਬਲਕਾਰ ਚਲੇ ਗਿਆ ਉੱਥੋਂ ਵਾਪਸ ਸੀ ਆਈ ਏ ਲੈ ਕੇ ਆਪਾਂ ਅਮੀਰ ਬਾਕੀ ਥਾਣੇ 'ਚ ਨਹੀਂ 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 ਸੁਣੋ ਮੈਂ ਤੁਹਾਨੂੰ ਦੱਸਣ ਲੱਗਾ ਅਮੀਰ ਖਾਸ ਕੁਝ ਨਹੀਂ ਲੈਣਾ ਅਮੀਰ ਖਾਸ ਬਹੁਤ ਆ ਛੋਟਾ ਜਿਹਾ ਥਾਣਾ ਹੁਣ ਐਨ ਡੀ ਦਾ ਪਰਚਾ ਇੱਕ ਦਿਨ ਅਮਰਜੀਤ ਕੌਰ ਜਿਹੜੀ ਪੋਸਕੋ ਦੇ ਕੇਸ ਲਈ ਫੱਟੀ ਹੈ ਤਾਂ ਹੀ ਉਹ ਟੂਕੜੋ ਕਹਿੰਦੀ ਮੈਂ ਪੋਸਕੋ ਕਰਾਵਾਂਗੀ ਆਹ ਕਰਾਂ ਇੱਕ ਦਿਨ ਉਹ ਦਿੰਦੀ ਆ ਅਤੇ ਇੱਕ ਦਿਨ ਦਿੰਦਾ ਮਨਜੀਤ ਸਿੰਘ ਸਾਹਿਬ ਇੰਸਪੈਕਟਰ ਹਾਂ ਹੋ ਗਈ ਆ ਮੈਨੂੰ ਤਾਂ ਦੱਸਿਆ ਨਹੀਂ जी भाजी मेरा नाम जी विक्रमजीत मेरे सब्जी मंडी आड़ती की दुकान है जी सब्जी फ्रूट का काम करता जी मैं ठीक है जी मैं रात को तकरीबन 11 बजे घरें आया सीगा जी ठीक है जी रात को असी सारे जी बाद बाहर वेड़े सुते सीगे तो रात को 11:30 मैनू नींद आई सो गया मैं तो उतों सुबह मैं मंडी जाना सीगा 3:00 के करीब मैं खड़ा होया मैं आके ना किचन चो आके पानी पीन लग्या जो पानी पीता सीगा मैं बाहर निकलिया देखा भी दरवाजे के लोग टुटे सके भाभी दरवाजे का लोग टुटे मम्मी वाले दरवाजे का लोग टुटिया सीगा जो तो मैं अंदर आके करीब आके देखा तो अंदर सारा समान खिलरिया होगा मैं भज के बाहर गया तो सारियां जगाया मैं गया अंदर अपना नुकसान हो गया चोरी हो गई सारे ने भज गए अंदर आके देखा तो सारा समान खिलरिया होगा तो मम्मी वाले कमरे च सारा मतलब समान खिलरिया होगा अंदर मम्मी को तकरीबन 25-26 तोले सोना सीगा सारे का कट्ठा रखा सी मम्मी ने सामभ के 25-26 तोले सोना सीगा किन्नी अमाउंट की चोरी हुई थोड़ी पेमेंट वगैरह जा 25-26 तोले सोना सीगा 25 तोले चांदी सीगी ते 2.5 लाख रुपया नकदी सीगी जिहड़ी चोरी हुई है ਹਾਲੀ ਅਸੀਂ ਆਪਦਾ ਸਮਾਨ ਸਾਰਾ ਗੁੰਜਾਂਗੇ ਫਿਰ ਪਤਾ ਲੱਗੇ ਕੋਈ ਹੋਰ ਨੁਕਸਾਨ ਨਹੀਂ ਹੋਇਆ ਪੁਲਿਸ ਨੂੰ ਇਨਫੋਰਮੇਸ਼ਨ ਹਾਂ ਪੁਲਿਸ ਨੂੰ ਸੁਬਾਹ ਜੀ ਇਤਲਾਹ ਕਰਤੀ ਸੀ ਪੁਲਿਸ ਵਾਲੇ ਆਏ ਆਪਣੀ ਕਾਰਵਾਈ ਕਰ ਗਏ ਸਾਰੇ ਜਣੇ ਠੀਕ ਹੈ ਜੀ ਹਾਂ ਬਿਆਨ ਬੂਨ ਲੈ ਗਿਆ ਸਾਰੇ ਠੀਕ ਇਹਦੇ 'ਚ ਕਿਹਾ ਜਾ ਰਿਹਾ ਕਿ 25 ਤੋਲੇ ਸੋਨਾ ਸੀ ਚਾਂਦੀ ਸੀ 2 ਲੱਖ ਰੁਪਈਆ ਕੈਸ਼ ਸੀਗਾ ਉਹ ਕੀ ਮਾਮਲਾ ਸੀ ਹਾਂ ਇਹ ਵਿਜੇ ਕੁਮਾਰ ਪੁੱਤਰ ਹੀਰਾ ਲਾਲ ਹੈਗਾ ਇਹਦੇ ਘਰ ਚੋਰੀ ਹੋਈ ਹੈ 2 ਭਰਾ ਇਹਦੇ ਫੌਜ 'ਚ ਹੈਗੇ ਇੱਕ ਫੌਜੀ ਵੀ ਸੀ ਉਹ ਮੁੰਡਾ ਉੱਤੇ ਸੁੱਤਾ ਸੀ ਬਾਕੀ ਸਾਰੇ ਵਿਹੜੇ 'ਚ ਪਏ ਸੀ ਪਿਛਲੀ ਗਲੀ ਦੇ ਵਿੱਚ ਬੈਠਕ ਦਾ ਇੱਕ ਛੋਟਾ ਦਰਵਾਜ਼ਾ ਨਿਕਲਦਾ ਉਹ ਦਰਵਾਜ਼ੇ ਨੂੰ ਉਡੀਸ ਦੇ ਕੇ ਜਿਹੜੇ ਚੋਰ ਸੀਗੇ ਉਹ ਅੰਦਰ ਆਏ ਉਹਨਾਂ ਨੇ ਜਿਹੜੇ ਟਰੰਕਾਂ ਨੂੰ ਤਾਲਾ ਲੱਗਾ ਸੀ ਜਾਂ ਜਿਹੜੀ ਪੇਟੀ ਨੂੰ ਤਾਲਾ ਲੱਗਾ ਸੀ ਉਹਦੇ ਤਾਲੇ ਤੋੜ ਕੇ ਉਹਦੇ ਵਿੱਚੋਂ ਜਿਹੜਾ ਉਹਨਾਂ ਦਾ ਕੈਸ਼ 2 ਲੱਖ ਰੁਪਈਆ ਉਹਨਾਂ ਨੇ ਦੱਸਿਆ ਹੈਗਾ ਅਤੇ 30 ਤੋਲੇ ਕਰੀਬ ਸੋਨਾ ਸੀ ਉਹ ਲੈ ਕੇ ਗਏ ਆ ਅਤੇ ਉਹਦੇ ਉੱਤੇ ਜਿਹੜੀ ਹੈਗੀ ਸਾਨੂੰ ਫਿੰਗਰ ਪ੍ਰਿੰਟ ਵਗੈਰਾ ਮਿਲੇ ਆ ਮੌਕੇ ਤੋਂ ਅਤੇ ਇਹ ਜਿਹੜੇ ਹੈਗੇ ਆ ਬਾਹਰਲੇ ਬੰਦੇ ਹੈਗੇ ਨੇ ਅੱਗੇ ਪਹਿਲਾਂ ਵੀ ਘਰ 'ਚ ਗਏ ਸੀ ਪਰ ਉੱਥੋਂ ਉਹ ਅੰਦਰ ਸੁੱਤੇ ਹੋਏ ਸੀ ਇਸ ਕਰਕੇ ਉਹਨਾਂ ਨੇ ਪ੍ਰਿੰਟ ਨਹੀਂ ਕੀਤਾ ਅਤੇ ਅਸੀਂ ਵੈਸੇ ਵੀ ਪਿੰਡ ਵਾਲਿਆਂ ਸਾਰਿਆਂ ਨੂੰ ਵੀ ਅਪੀਲ ਕੀਤੀ ਹੈਗੀ ਹੈ ਕਿ ਅੰਦਰ ਸੌਵੋ ਜਾਂ ਫਿਰ ਬਾਹਰ ਸੌਂਦੇ ਹੋ ਅਤੇ ਨਿਗਰਾਨੀ ਰੱਖੋ ਠੀਕਰੀ ਪੈਰਾ ਲਾਓ ਪਰ ਉਹ 'ਤੇ ਕੋਈ ਅਮਲ ਨਹੀਂ ਹੋ ਰਿਹਾ ਫੋਰਸ ਵੱਲੋਂ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਟਰੇਸ ਕਰਨ ਲਈ ਅਤੇ ਇਹਨਾਂ ਨੂੰ ਸਕਿਓਰ ਕਰਨ ਵਾਸਤੇ